इस वीडियो दे विच आपा जबकी तुमसे प्रीत लगाई काफी दा वषवस्तु पढांगे जबकी तुमसे प्रीत लगाई काफी बुल्ले शाह दी रचना है इस विचो अदत्तवादी वस्था विच पूछ के अपने होममेट जान ते रब नाल एकमकता अनभव ਕਰਨ ਦੇ ਬਿਸਮਾਦਮਈ ਭਾਵ ਨੂੰ ਪ੍ਰਗਟ ਕਰਦਾ ਹੈ बुल्ले शाह स्त्री रूप विच ਕਹਿੰਦਾ ਹੈ ਕਿ हे प्रभु मैं जतो दी तेरे नाल प्रीत पाई है मेरे विचो मेरी होममेट ਗਈ ਹੈ ਜਦੋਂ ਤੇਰੇ ਮਿਲਾਬ ਦਾ ਸਮਾਂ ਹੁੰਦਾ ਤਾਂ ਮੈਨੂੰ ਅਕੈਨੰਦ ਦੀ ਪ੍ਰਾਪਤੀ ਹੁੰਦੀ ਹੈ ਮੈਨੂੰ ਆਪਣੀ ਸੁਦਬੁੱਧੀ ਭੁੱਲ ਜਾਂਦੀ ਹੈ ਜਦੋਂ ਮੇਰੇ ਨੈਣ ਤੇਰੇ ਨੈਣਾਂ ਦੇ ਗੁਲਾਮ ਹੋ ਗਏ ਹਨ ਔਸਤ ਅਕਰਡੇ ਕੋਹਾਂ ਤੇ ਤੇਰੇ ਦਰਸ਼ਨ ਕਰਦੇ ਹੋਏ ਤੇਰੇ ਵਾਲ 도ੜੇ ਆਉਂਦੇ ਹਨ ਤੇ ਰਤਾ ਵਿੱਚ ਜੁੜਦੇ ਨਹੀਂ ਮੈਨੂੰ ਜਾਪਦਾ ਹੈ ਕਿ ਤੂੰ ਇਹਨਾਂ ਨੂੰ ਕੋਈ ਲਾਲਚ ਦੇ ਕੇ ਪਰਵਾ ਲਿਆ ਹੈ ਮੈਂ ਤੇਰੇ ਨਾਲ ਪ੍ਰੀਤ ਪਾ ਕੇ ਤੇਰੇ ਨਾਲ ਇੱਕ ਵਿਕਤਾ ਪ੍ਰਾਪਤ ਕਰ ਲਈ ਹੈ ਜਿਸ ਨਾਲ ਮੈਂ ਵਿਸਮਾਦ ਅਵਸਥਾ ਵਿੱਚ ਵਿਚਰਨ ਲੱਗੀ ਹਾਂ ਮੈਂ ਜਨਮ ਮਰਨ ਤੋਂ ਮੁਕਤ ਹੋ ਗਈ ਹਾਂ ਇਸ ਅੰਦ ਨਾਲ ਮੈਨੂੰ ਆਪਣੇ ਸੁਧਬੁੱਧ ਭੁੱਲ ਗਈ ਹੈ ਤੇਰੇ ਇਸ਼ਕ ਦੇ ਨਗਾਰੇ ਵੱਜਦੇ ਹਨ ਤੇ ਆਸ਼ਕ ਤੇਰੇ ਵੱਲ ਸਭ ਸ਼ਰਮਾ ਲਾ ਕੇ ਭੱਜੀ ਆਉਂਦੇ ਹਨ ਅਸਲ ਵਿੱਚ ਜਦੋਂ ਪਿਆਰ ਪੈ ਜਾਂਦਾ ਹੈ ਤਾਂ ਸ਼ਰਮ ਖਤਮ ਹੋ ਜਾਂਦੀ ਹੈ ਮੈਂ ਇਸ ਨੂੰ ਸੋਖਾ ਹੀ ਸਮਝਿਆ ਸੀ ਪਰ ਇਸ ਨੂੰ ਪੜਾ ਕੇ ਬੰਦਾ ਵਿਰੋਧ ਦੇ ਭਿਆਨਕ ਹੜ ਵਿੱਚ ਘਿਰ ਜਾਂਦਾ ਹੈ ਤੇ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਦੁੱਖ ਸਹਾਰਨੇ ਪੈਂਦੇ ਹਨ। हे ਪਿਆਰੇ ਤੇਰਾ ਇਸ਼ਕ ਤਾਂ ਮੇਰੇ ਦਿਲ ਦਾ سہਾਰਾ ਹੈ। ਤੇ ਤੋਂ ਬਿਨਾ ਮੇਰਾ ਕੋਈ ਅੰਕਸਾਕ ਸਹਾਈ ਨਹੀਂ। ਤੇਰੇ ਨਾਲ ਪੀਤ ਪਾਣ ਮਗਰੋਂ ਮੈਂ ਤੇਰੀ ਵਿਆਪਕਤਾ ਨੂੰ ਚੰਗੀ ਤਰ੍ਹਾਂ ਅਨੁਭਵ ਕਰ ਰਹੀ ਹਾਂ। ਤੇ ਮਿਲਾਪ ਦੇ ਅਨੰਦ ਦਾ ਸਵਾਦ ਬਿਆਨ ਕਰਨਾ ਮੁਸ਼ਕਿਲ ਹੈ। ਤੇ ਜਿਸ ਨੂੰ ਇਹ ਪ੍ਰਾਪਤ ਹੁੰਦਾ ਹੈ ਉਸ ਨੂੰ ਆਪਣੀ ਸੁذਬੂਤ ਭੁੱਲ ਜਾਂਦੀ ਹੈ। ਪਰ ਮੈਂ ਵੀ ਤੇਰੇ ਪਿਆਰ ਦੀ ਲੋਭੀ ਭਾਂ ਕੇ ਸੰਸਾਰ ਨਾਲੋਂ ਆਪਣਾ ਨਾਤਾ ਤੋੜ ਕੇ ਆਪਣੇ ਮਨ ਨੂੰ ਤੇਰੇ ਨਾਲ ਜੋੜ ਲਿਆ ਹੈ। हे ਪਿਆਰੇ ਮੈਂ ਤਾਂ ਤੈਨੂੰ ਪਿਆਰ ਕਰਦੀ ਹਾਂ। ਪਰ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਇਹ ਪਿਆਰ ਇੱਕ ਪਾਸੜੀ ਹੈ ਜਾਂ ਤੂੰ ਵੀ ਮੈਨੂੰ ਪਿਆਰ ਕਰਦਾ ਹੈ